ਮੈਂ ਉਹੀ ਤਾਂ ਕਰ ਰਿਹਾ ਭੈਣ ਦਾ ਕਸਮ ਯਾਰ, ਇਹ ਹੈ ਹੀ ਬੰਦਾ ਬੜਾ ਭੈਣ ਦਾ ਯਾਰ, ਚੋਰ ਬੰਦਾ ਕਿਰਾਏ 'ਤੇ ਰਹਿੰਦਾ ਕਿਤੇ ਇੱਥੇ ਪਿੱਛੇ ਬੜਾ, ਕਹਿੰਦੇ ਇਹਨਾਂ ਪਤਾ ਨਹੀਂ ਕਿੰਨੇ ਕੁ ਬੰਦੇ ਦੇ ਨਹੀਂ ਪੈਸੇ ਦੇਣੇ ਹੈਗੇ ਭੈਣ ਦੇ ਯਾਰ, ਇਹ ਤਾਂ ਮਾਰਨ ਦੌੜ ਰਹੇ ਦੇ ਸਹੀ ਗੱਲ ਹੈ ਨਾ ਭੈਣ ਜੀ, ਮੁਹੱਲੇ ਦਾ ਕੋਈ ਬੋਲਦਾ ਨਹੀਂ ਯਾਰ ਆਸੇ ਪਾਸੇ ਦਾ, ਮੁਹੱਲੇ ਦਾ ਕੋਈ ਬੋਲਦਾ ਨਹੀਂ ਭੈਣ ਦੇ, ਪਤਾ ਨਹੀਂ ਭੈਣ ਦੇ ਯਾਰ ਕਿੱਥੋਂ ਰੱਖ ਲਿਆ, ਮਾਂ 'ਚ ਮਾਰਨਾ ਪੈ ਜਾਂਦਾ ਬੰਦਿਆਂ ਨੂੰ ਭੈਣ ਜੀ, ਇਹਨਾਂ ਦੇ ਕੋਲ ਅਲੀ ਵੀ ਕੰਟਰੋਲ ਨਹੀਂ ਇਹਦਾ, ਪਰ ਉਹ ਬੰਦੇ ਮੈਂ ਕਹਿੰਦਾ ਨਾ ਕੰਪਲੇਂਟ ਕਰਨ 100 ਨੰਬਰ 'ਤੇ ਭੈਣ ਦੀਪੂ ਰਹਿਣ ਦੇ ਰਹਿਣ ਦੇ ਛੋਟ ਦੀਪੂ, ਇਹ ਦੇਖ 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 ਕਿੱਦਾਂ ਦੇਖੋ ਕੱਪੜੇ ਫਾੜਦੇ ਬੰਦੇ ਦੇ ਭੈਣ, ਮਾਰਾ ਕੇ ਭੈਣ ਉਹਨੂੰ ਅੰਦਰ ਭੇਜਤਾ ਭੈਣ ਚ, ਉਹਨੇ ਉਹ ਦੇਖੋ ਅੰਦਰ ਭੇਜਤਾ, ਪੁਲਿਸ ਨੂੰ ਫੋਨ ਕਰੋ, ਸੌ ਨੰਬਰ 'ਤੇ ਸਹੀ ਗੱਲ ਹੈ ਭੈਣ ਚ, ਅਰੇ ਸਭ ਭੈਣ ਚ ਨਾ ਮਿਲੇ ਵਕਤ ਹੈਗੇ ਦੇਖੋ, ਬੁਲਾਓ ਪੁਲਿਸ ਬੁਲਾਓ ਭੈਣ ਚ, ਕੋਈ ਕਰਦਾ ਹੀ ਨਹੀਂ ਪੁਲਿਸ ਬੁਲਾਉਂਦਾ ਹੀ ਨਹੀਂ ਕੋਈ ਵੀ, ਦੇਖ ਲਓ ਹਲੇ ਬਹਿਸ ਕਰ ਰਹੇ ਭੈਣ ਚ, ਪੁਲਿਸ ਬੁਲਾਓ ਭੈਣ ਚ, ਸਹੀ ਗੱਲ ਹੈ ਨਹੀਂ, ਬਾਬੇ ਨੇ ਵਾਕਿਆ ਗੰਦ ਪਾਇਆ ਹੋਇਆ ਇੱਥੇ ਭੈਣ ਚ, ਲੋਕਾਂ ਨੂੰ ਮਾਰਦਾ ਕੁੱਟਦਾ ਹੈਗਾ ਭੈਣ ਚ, ਪੈਸੇ ਇਕੱਠੇ ਕਰ ਰਿਹਾ ਮੈਂ, ਆਈ ਆ ਬਸ ਵਾਲਾ, ਜੇ ਕਿੱਦਾਂ ਹੁਣ ਭੈਣ ਚ ਕਿੱਦਾਂ ਮਿਹਨਤ ਕਰਦਾ ਪਿਆ, ਹੁਣ ਕਿੱਦਾਂ ਮਿਹਨਤ ਕਰਦਾ ਪਿਆ ਭੈਣ ਚ, ਭੈਣ ਚੋ ਗੁੰਡਾ ਕਰਦੀ ਪਤਾ ਨਹੀਂ ਕਿੱਥੋਂ ਲਿਆਂਦਾ ਹੈਗਾ ਬੰਦੇ ਪਕੜ ਕੇ, ਦੇਖ ਭੈਣ ਚੋ ਪੂਰੇ ਮੁਹੱਲੇ ਵਿੱਚ ਮਾਈ ਹੋਏ ਨੇ ਗੰਦ ਪਾਇਆ ਹੋਇਆ ਨਹੀਂ ਭੈਣ ਚੋ, ਤਾਂ ਪੈਸੇ ਇਕੱਠੇ ਕਰ ਰਹੇ ਆ 30-30 ਹਜ਼ਾਰ ਰੁਪਏ, 40-40 ਹਜ਼ਾਰ ਰੁਪਏ, ਭਾਈ ਮੈਂ ਚੱਲਦਾ, ਹਾਂ ਓਕੇ ਜੀ ਭਾਈ, ਓਕੇ ਨਿਕਲੋ 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 ਕੰਮ ਕਰੋ, ਭੈਣ ਚੋ ਬਾਬਿਆ ਮਾਈ ਆ ਵਾ 30-30, 40-40 ਹਜ਼ਾਰ ਰੁਪਏ ਤਾਂ ਇਕੱਠੇ ਕਰ ਰਿਹਾ ਡੇਲੀ, ਲੋਕਾਂ ਨੂੰ ਮੂਰਖ ਬਣਾ ਕੇ ਔਰ ਕੁਟਾਉਂਦਾ ਪਿਆ ਭੈਣ ਚੋ, ਬੰਦੇ ਐਸੇ ਰੱਖੇ ਉਹਨਾਂ ਦਾ ਕੁਟਾਉਂਦਾ ਹੈਗਾ, ਬੰਦੇ ਨੂੰ ਮਾਰਦਾ ਹੈਗਾ, ਚਪੇੜਾ ਮਾਰਦਾ ਹੈਗਾ, ਬਦਤਮੀਜ਼ੀਆਂ ਕਰਦਾ ਹੈਗਾ, ਫਿਰ ਵੀ ਲੋਕ ਮੂਰਖ ਹੈਗੇ, ਇੱਥੋਂ ਆ ਜਾਂਦੇ ਹੈਗੇ ਭੈਣ ਚੋ ਇਹਦੇ ਕੋਲ ਦਵਾਈ ਲੈਣ, ਦੇਖ ਕਿੱਦਾਂ ਕੁੱਟਦਾ ਪਿਆ ਬੰਦਿਆਂ ਨੂੰ, ਔਰ ਬੰਦੇ ਫਿਰ ਮੂਰਖ ਦੇ ਮੂਰਖ ਮਾਈ ਆਵੇ, ਕੋਈ ਜਾਗ੍ਰਿਤੀ ਨਾਮ ਦੀ ਲੋਕਾਂ ਨੂੰ ਚੀਜ਼ ਕੋਈ ਨਹੀਂ ਹੈਗੀ, ਦੇਖੋ ਕਿੱਦਾਂ ਮੂਰਖ ਬਣਾ ਰਿਹਾ ਬਾਬਾ ਬਣ ਕੇ ਸਾਰਿਆਂ ਨੂੰ, ਇਹ ਦੇਖੋ ਇਹ ਦੇਖੋ ਦੇਖੋ ਲੈ ਗਿਆ ਹੁਣ ਅੰਦਰ, ਪੈਰ ਪੂਰ ਛੂ ਕੇ ਤਾਂ ਫਿਰ ਠੰਡੇ ਕਰਾ ਰਿਹਾ ਉਹਨਾਂ ਨੂੰ ਬੰਦਿਆਂ ਨੂੰ, ਇਹ ਦੇਖੋ ਪਾਇਆ ਹੋਇਆ ਗੰਦੇ ਨਹੀਂ, 3-4 ਬੰਦੇ ਰੱਖੇ ਹੋਏ ਇੱਥੇ,
ਔਰ ਇਹ ਬਸ ਲੋਕਾਂ ਨੂੰ ਮਨ ਮਰਜ਼ੀ ਨਾਲ ਕੁੱਟਦਾ ਹੈਗਾ, ਮਨ ਮਰਜ਼ੀ ਨਾਲ ਪੈਸੇ ਲੈਂਦਾ ਹੈਗਾ ਭੈਣ ਚੋਦ, ਗੰਦ ਪਾਇਆ ਮੁਹੱਲੇ ਵਿੱਚ ਔਰ ਕੋਈ ਬੋਲਦਾ ਨਹੀਂ ਹੈਗਾ। ਉਹਦੇ ਕੋਲ ਜ਼ਬਰਦਸਤੀ ਅੰਦਰ ਉਹਨੂੰ ਲੈ ਕੇ ਜਾ ਰਹੇ ਭੈਣ ਚੋਦ, ਜ਼ਬਰਦਸਤੀ ਬੰਦੇ ਨੂੰ ਚੱਕ ਕੇ ਲੈ ਜਾ ਰਿਹਾ, ਔਰ ਕੋਈ ਬੰਦਾ ਬੋਲਣ ਵਾਲਾ ਨਹੀਂ, ਕੋਈ ਬੰਦਾ ਕਹਿਣ ਵਾਲਾ ਨਹੀਂ। ਲੋਕ ਮੂਰਖ ਬਣੇ ਪਏ ਹੈ ਮੁਫਤ ਦੇ ਚੱਕਰ ਵਿੱਚ, ਦਵਾਈ ਦੇ ਚੱਕਰ ਵਿੱਚ, ਇੱਥੇ ਭੈਣ ਚੋਦ ਅੱਖਾਂ ਦਾ ਬੇੜਾ ਗਰਕ ਕਰ ਰਹੇ ਲੋਕ ਆ ਕੇ, ਅੱਖਾਂ ਦਾ ਬੇੜਾ ਗਰਕ ਕਰਦੇ ਪਏ। ਅੱਛੇ ਨਹੀਂ ਹੈ, ਚੰਗੇ ਡਾਕਟਰ ਕੋਲ ਜਾਈਏ, ਦੂਰੋਂ ਦੂਰੋਂ ਲੋਕ ਆ ਕੇ ਇੱਥੇ ਮੂਰਖ ਬਣ ਰਹੇ, ਪੈਸੇ ਦੇ ਰਹੇ ਔਰ ਫੁੱਦੂ ਬਣ ਰਹੇ ਭੈਣ ਚੋਦ, ਮਾਰ ਖਾ ਰਹੇ ਅਲੱਗ, ਕੁਟਾਪਾ ਖਾ ਰਹੇ ਅਲੱਗ। ਇਹ ਦੇਖੋ ਲੋਕ ਅੰਦਰ ਜਾਗਰਿਤੀ ਨਹੀਂ ਹੈ ਭੈਣ ਚੋਦ, ਬਸ ਫ੍ਰੀ 'ਚ ਦਵਾਈ ਮਿਲ ਜਾਵੇ, ਹੋਰ ਕੁਛ ਨਹੀਂ ਚਾਹੀਦਾ, ਚਾਹੇ ਅੱਖਾਂ ਆਉਂਦੀਆਂ ਹੋ ਜਾਣ, ਕੋਈ ਫਾਇਦਾ ਨਹੀਂ, ਕੋਈ ਆਰਾਮ ਨਹੀਂ ਹੈਗਾ, ਫਿਰ ਵੀ ਲੋਕ ਚੂਤੀਆਂ ਬਣੇ ਹੋਏ, ਮੂਰਖ ਬਣੇ ਹੋਏ ਭੈਣ ਚੋਦ। ਚਲੋ ਲੋਕੋ ਜਾਗਰੂਕ ਹੋ ਜਾਓ।